ਇਹ ਤਸਵੀਰਾਂ ਜਲੰਧਰ ਦੇ ਬੱਸ ਅੱਡੇ ਦੀਆਂ ਨੇ ਜਿੱਥੇ ਇਸ ਦੇ ਬਿਲਕੁਲ ਠੀਕ ਸਾਹਮਣੇ ਅੱਧੀ ਰਾਤ ਢਾਬੇ ਅਤੇ ਦੁਕਾਨ ਤੇ ਬਦਮਾਸ਼ਾਂ ਨੇ ਧਾਵਾ ਬੋਲ ਦਿੱਤਾ। ਇੱਕ ਨਹੀਂ ਦੋ ਨਹੀਂ ਬਲਕਿ ਦਰਜਨ ਤੋਂ ਵੱਧ ਇਹਨਾਂ ਬਦਮਾਸ਼ਾਂ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਤੇਜ਼ ਧਾਰ ਹਥਿਆਰਾਂ ਦੇ ਨਾਲ ਢਾਬੇ ਦੇ ਕਰਮਚਾਰੀਆਂ ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਢਾਬੇ ਦੇ ਸਮਾਨ ਦੇ ਇੱਕ ਇੱਕ ਟੁਕੜੇ ਕਰ ਦਿੱਤੇ ਅਤੇ ਇੱਟਾ ਰੋੜਿਆਂ ਦੀ ਬਰਸਾਤ ਕੀਤੀ ਹੈ। ਜਿਨ੍ਹਾਂ ਦੀ ਇਹ ਗੁੰਡਾਗਰਦੀ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ। ਪਹਿਲਾਂ ਦੇਖੋ ਇਹ ਤਸਵੀਰਾਂ, ਫਿਰ ਦੱਸਦੇ ਹਾਂ ਅੱਗੇ। ਹਾਂਜੀ ਭਾਅ ਜੀ, ਕੀ ਨਾਂ ਹੈ ਜੀ? ਕੀ ਪੂਰਾ ਮਾਮਲਾ ਹੋਇਆ ਭਾਅ ਜੀ? ਇਹ ਕੱਲ੍ਹ ਰਾਤ ਨਾ 15-20 ਬੰਦੇ ਆਏ ਹੈ ਜੀ, ਰਾਤੀ 15-20 ਬੰਦੇ ਆਏ ਹੈ। ਇਹਨਾਂ ਨੇ ਆ ਕੇ ਨਾ ਦੁਕਾਨ 'ਤੇ ਭੰਨ ਤੋੜ ਕੀਤੀ ਹੈ। ਸਾਡਾ ਨਾ ਇਹਨਾਂ ਨਾਲ ਚੱਲਦਾ ਪਿਆ ਵਾ, ਆਪਣੀ ਪ੍ਰੋਪਰਟੀ ਦਾ ਕੇਸ ਚੱਲ ਰਿਹਾ। ਸਾਡੇ ਇਹ ਸ਼ੋਪ ਸਾਹਿਬ 50 ਸਾਲ ਤੋਂ ਅਸੀਂ ਢਾਬਾ ਕਰਦੇ ਰਹੇ, ਮੇਰੇ ਦਾਦਾ ਜੀ ਕਰਦੇ ਸੀ, ਮੇਰੇ ਫਾਦਰ ਸਾਹਿਬ। ਬਟ ਕਰੋਨਾ ਤੋਂ ਬਾਅਦ ਸਾਡਾ ਢਾਬਾ ਸਟੈਂਡ ਨੂੰ ਪਾਇਆ ਵੀ, ਕਰੋਨਾ ਦਾ ਸਾਰਾ ਤੰਦਰੁਸਤੀ ਕਾਰੋਬਾਰ ਬੰਦ ਕਰਤਾ। ਉਸ ਤੋਂ ਬਾਅਦ ਮੈਂ ਦਵਾਈਆਂ ਦਾ ਕੰਮ ਕਰਦਾ ਸੀ, ਪਿਛਲੇ 13 ਸਾਲ ਤੋਂ ਮੈਂ ਕੰਮ ਕਰ ਰਿਹਾ ਹਾਂ। ਫਿਰ ਮੈਂ ਡਾਕਟਰ ਪਰਮਿੰਦਰ ਸਿੰਘ ਵਾਲੀਆ ਨਾਲ ਰਲ ਕੇ ਮੈਂ ਕੰਮ ਸ਼ੁਰੂ ਕੀਤਾ ਵਾ ਦਵਾਈਆਂ ਦਾ। ਠੀਕ ਹੈ ਜੀ, ਮੈਂ MR, ਮੈਂ ਇਹਨਾਂ ਦਾ ਆਰਡਰ ਵਗੈਰਾ ਮੈਂ ਲੈ ਕੇ ਆਉਂਦਾ ਵਾਂ। ਅਤੇ ਇਹ ਭਾਅ ਜੀ ਜਸਵੰਤ ਸਿੰਘ ਹੈਗਾ ਵਾ, ਪੁੱਤਰ ਜਸਦੀਪ ਆ। ਅਤੇ ਭਾਅ ਜੀ ਇਹ ਪਹਿਲੇ ਵੀ ਇਹਨਾਂ ਨੇ ਹਮਲਾ ਕੀਤਾ ਵਾ, ਹੁਣ ਆਪਾਂ ਇਹਨਾਂ ਤੋਂ ਡਰ ਕੇ ਨਾ ਆਪਾਂ ਸਿਕਿਉਰਟੀ ਗਾਰਡ ਰੱਖਿਆ ਸੀਗਾ। ਅਤੇ ਰਾਤੀ ਇਹਨਾਂ ਨੇ ਸਿਕਿਉਰਟੀ ਗਾਰਡ ਨੂੰ ਕੁੱਟਿਆ ਵਾ ਅਤੇ ਸ਼ਟਰ ਦੀ ਭੰਨ ਤੋੜ ਕੀਤੀ, ਬੋਰਡ ਬੁਰਡ ਪਾੜੇ ਆ, ਉਹਦੇ ਇੱਟਾਂ ਮਾਰੀਆਂ ਮੁੰਡੇ ਦੇ। ਉਹਦਾ ਭਾਅ ਜੀ ਆਪਾਂ ਉਹ ਚੰਗਾ ਮੁੰਡਾ, ਉਹਦਾ ਫੋਨ ਵੀ ਖੋ ਕੇ ਲੈ ਗਏ ਆ। ਅਤੇ ਨਾ ਇੱਕ ਦੁਕਾਨ ਛੱਡ ਕੇ ਨਾਲ ਢਾਬਾ ਵਾ, ਇਹ ਸਾਰੀ ਪ੍ਰੋਪਰਟੀ ਬੰਦੇ ਦੀ, ਜਿਹੜਾ ਮਾਲਕ ਆ ਉਹ ਐਕਚੁਅਲ 'ਚ ਬਾਹਰ ਆ, ਜਿਹਨੇ ਹਮਲਾ ਕਰਾਇਆ ਇਹ ਸਾਲਾ ਵਾ। ਠੀਕ ਹੈ ਜੀ, ਇਹ ਧੱਕੇ ਨਾਲ ਸਾਨੂੰ ਕਹਿੰਦਾ ਦੁਕਾਨ ਖਾਲੀ ਕਰ, ਕਹਿੰਦਾ ਮੈਨੂੰ ਕਰਾਉਣੀ ਆਉਂਦੀ ਆ, ਅਤੇ ਨਾਲ ਇੰਨੀ ਵੱਡੀ ਵੀ ਕਹਿ ਗਏ ਆ। ਅਤੇ ਕੱਲ੍ਹ ਰਾਤੀ ਕਹਿੰਦੇ ਫਿਰ ਆਪਾਂ ਆਉਣਾ ਵਾ ਹੁਣ ਨੈਕਸਟ ਟਾਈਮ। ਅਤੇ ਭਾਅ ਜੀ ਪੁਲਿਸ ਕੁਛ ਨਹੀਂ ਕਰਦੀ ਵੀ ਅਸੀਂ ਸਾਰੇ ਤਾਂ 4 ਨੰਬਰ ਥਾਣੇ ਹੋਏ ਹਾਂ, ਅਸੀਂ 6 ਨੰਬਰ ਵੀ ਹੋਏ ਹਾਂ, 10 ਨੰਬਰ ਵੀ। ਅਤੇ ਪੁਲਿਸ ਭਾਅ ਜੀ ਕੁਛ ਨਹੀਂ ਕਰਦੀ। ਕਿੰਨੇ ਬੰਦੇ ਇਸ ਪੂਰੇ ਮਾਮਲੇ 'ਚ ਇੰਜਰਡ ਹੈ? ਭਾਅ ਜੀ ਇੰਜਰਡ ਸਿਰਫ ਇੱਕੋ ਬੰਦਾ ਹੋਇਆ, 2 ਬੰਦੇ ਹੋਏ ਆ, ਇੱਕ ਸਾਡਾ ਸਿਕਿਉਰਟੀ ਗਾਰਡ ਔਰ ਇੱਕ ਢਾਬੇ ਦਾ ਜਿਹੜਾ ਬੰਦਾ ਸੀ ਨਾ ਅੰਦਰ, ਉਹ ਅੰਦਰ ਸੀਗਾ, ਉਹ ਰੋਟੀ ਖਾਣ ਦਿਆ ਸੀਗਾ, ਉਹਨੂੰ ਵੀ ਕੁੱਟ ਗਏ। ਵਿਅਕਤੀ ਅੱਗੇ ਕੋਈ ਤੇਜ਼ ਹਥਿਆਰ ਵੀ ਹੈ? ਹਾਂਜੀ ਸਰ, ਦਾਤ ਕਿਰਪਾਨਾਂ ਸੀ, ਸ਼ਟਰਾਂ 'ਤੇ ਕਿਰਪਾਨਾਂ ਵੱਜੀਆਂ ਵਾ, ਸੀਸੀਟੀਵੀ ਵਿੱਚ ਸਭ ਆਏ ਆ। ਸੀਸੀਟੀਵੀ ਫੁਟੇਜ ਆਈ ਸਾਨੂੰ? ਹਾਂਜੀ, ਸੀਸੀਟੀਵੀ ਫੁਟੇਜ ਆ ਗਈ ਹੈ। ਇੱਕ ਬੰਦਾ ਕੈਪਚਰ ਹੋਇਆ ਵਾ ਜਿਹੜਾ ਫੇਸ ਨਹੀਂ ਢੱਕਿਆ ਸੀਗਾ, ਬਾਕੀਆਂ ਨੇ ਸਾਰਿਆਂ ਨੇ ਫੇਸ ਢੱਕੇ ਹੋਏ ਸੀ। ਅੱਛਾ ਜੀ। ਔਰ ਇਹ ਭਾਅ ਜੀ ਪਿਛਲੀ ਵਾਰ ਉਹ ਜਸਵੰਤ ਸਿੰਘ ਦਾ ਮੁੰਡਾ ਆਇਆ ਸੀਗਾ, ਉਦੋਂ ਉਹ ਵੀ ਸੀਸੀਟੀਵੀ 'ਚ ਆਇਆ ਸੀ, ਉਹ ਵੀ ਸੀਸੀਟੀਵੀ ਮੇਰੇ ਕੋਲ ਹਜੇ ਤੱਕ ਪਈ ਹੈ। ਉਹ ਮੈਂ ਥਾਣੇ ਵੀ ਦਿਖਾਈ ਸੀ ਪਰ ਉਹਦੀ ਕੋਈ ਕਾਰਵਾਈ ਨਹੀਂ ਹੋਈ। ਠੀਕ ਹੈ ਜੀ, ਅਤੇ ਉਲਟਾ ਪੁਲਿਸ ਉਹਨਾਂ ਨਾਲ ਰਲੀ ਪਈ ਹੈ, ਪਤਾ ਨਹੀਂ ਕੀ ਹੈ। ਮੈਨੂੰ ਆਪਣਾ ਚੌਂਕ ਮਾਡਲ ਟਾਊਨ ਦੇ SHO ਆ, ਮੈਨੂੰ ਉਹਨਾਂ ਨੇ ਪਰਸਨ ਨੂੰ ਬੁਲਾਇਆ ਸੀਗਾ, ਮੈਂ ਗਿਆ ਸੀਗਾ। ਮੈਨੂੰ ਕਹਿੰਦੇ ਤੇਰੇ ਕੰਪਲੇਂਟ ਕਰਾਉਣੀ, ਬੋਲ ਕਿੰਨੇ ਪੈਸੇ ਲੈਣੇ। ਮੈਂ ਕਿਹਾ ਮੈਂ ਦੁਕਾਨ ਕਰਨੀ, ਮੈਂ ਕੀ ਕਰਾਂ, ਮੈਂ ਪੈਸੇ ਨਹੀਂ, ਮੈਂ ਕੀ ਕਰਾਂ। ਕਦੋਂ ਬੁਲਾਇਆ ਗਿਆ? ਇਹ ਸਰ ਮਹੀਨਾ ਪਹਿਲੇ ਦੀ ਗੱਲ ਆ। ਉੱਥੇ ਮੇਰੇ ਫਾਦਰ ਸਾਹਿਬ ਨੂੰ ਨਾ ਜ਼ਬਰਦਸਤੀ ਚੱਕ, ਕਦੀ ਵੀ ਭਾਈ ਥਾਣੇ 'ਚੋਂ SHO ਕਦੀ ਦੁਕਾਨ 'ਤੇ ਨਹੀਂ ਜਾਂਦਾ ਹੁੰਦਾ। ਦੁਕਾਨ 'ਤੇ SHO ਦੀ ਫੁਟੇਜ ਵੀ ਮੇਰੇ ਕੋਲ ਪਈ ਹੋਈ ਹੈ, SHO ਖੁਦ ਆਇਆ ਸੀਗਾ, ਮੇਰੇ ਫਾਦਰ ਸਾਹਿਬ ਨੂੰ ਲੈ ਗਿਆ ਜ਼ਬਰਦਸਤੀ। ਭਾਅ ਜੀ ਕੋਈ ਆਪਾਂ ਕਤਲ ਥੋੜ੍ਹਾ ਕੀਤਾ, ਜਾਂ ਕੋਈ ਨਸ਼ਾ ਵੇਚਦੀ ਹਾਂ, ਜਿਹੜਾ SHO ਮੇਰੇ ਫਾਦਰ ਸਾਹਿਬ ਨੂੰ ਚੱਕ ਕੇ ਲੈ ਜੂਗਾ ਗੱਡੀ 'ਚ ਪਾ ਕੇ। ਅਤੇ ਭਾਅ ਜੀ ਅਸੀਂ ਪ੍ਰਸ਼ਾਸਨ ਤੋਂ, ਅਸੀਂ ਮਾਨ ਸਾਹਿਬ ਤੋਂ ਇਹ ਮੰਗ ਕਰਦੇ ਹਾਂ ਕਿ ਸਾਡਾ ਕੋਰਟ ਕੇਸ ਚੱਲਦਾ ਪਿਆ। ਠੀਕ ਹੈ ਜੀ, ਜੱਜ ਸਾਹਿਬ ਨੇ ਫੈਸਲਾ ਕਰਨਾ ਵਾ, ਆਲਰੇਡੀ ਕੋਰਟ ਕੇਸ ਚੱਲਦਾ। ਇਹ ਵਾਰ ਵਾਰ ਸਰ ਹਮਲਾ ਕਰੀ ਜਾਂਦੇ ਆ ਸਾਡੀ ਸ਼ੋਪ 'ਚ, ਅਤੇ ਸਾਰੇ ਮਤਲਬ ਕਿ ਰਲੀ ਮਿਲੀ ਭਗਤ ਲੱਗਦੀ ਵੀ ਮੁੰਡੇ ਥਾਣਿਆਂ ਦੀ, ਕਿ ਜਿਹੜਾ ਬਾਹਰ ਮੌਕੇ 'ਤੇ PCR ਮੌਕੇ 'ਤੇ ਖੜੀ ਵੀ, ਸਰ PCR ਮੌਕੇ 'ਤੇ ਖੜੀ ਵੀ, ਕੋਈ ਬੰਦਾ ਨਹੀਂ ਬਾਹਰ ਨਿਕਲ ਗਿਆ। 15 ਬੰਦੇ ਖੜੇ ਆ, ਕੋਈ ਇੱਕ 2 ਬੰਦਿਆਂ ਨੂੰ ਕੁੱਟਣ ਦੇ ਆ। ਵਿਚਲੀ ਦੁਕਾਨ ਸਾਈਕਲਾਂ ਵਾਲੀ ਆ, ਉਹਨੂੰ ਕੁਛ ਨਹੀਂ ਆ, ਉਹ ਵੀ ਦੁਕਾਨ ਉਹਨਾਂ ਦੀ ਆ, ਉਹਨੂੰ ਬਾਈ ਕੁਛ ਨਹੀਂ ਆ। ਇੱਕ ਸਾਡੀ ਦੁਕਾਨ, ਅਸੀਂ ਦੋਨਾਂ ਨੇ ਕੇਸ ਲਾਇਆ ਪਿਆ, ਉਹ ਧੱਕੇ ਨਾਲ ਸਾਡੇ ਕੋਲ ਦੁਕਾਨ ਖੋਣਾ ਚਾਹੁੰਦੇ ਆ। ਦੁਕਾਨ ਵੱਲ ਵੜਿਆ ਆ ਤੇ ਉਹਨਾਂ ਨੇ ਨਾਲ ਹੀ ਮਤਲਬ ਮੇਰਾ ਫੋਨ ਖੋਲਿਆ ਤੇ ਚਪੇੜਾ ਮਾਰੀਆਂ ਤੇ ਮੇਰਾ ਮਤਲਬ ਦਾਤ ਨਾਲ ਮੇਰੇ ਉੱਪਰ ਵਾਰ ਵੀ ਕੀਤਾ ਤੇ ਪਰ ਥੋੜਾ ਜਿਹਾ ਬਚਾਅ ਹੋ ਗਿਆ ਪਰ ਫੋਨ ਮੇਰਾ ਸਾਡੀ ਕੰਪਨੀ ਆ ਫਤਿਹ ਸਿਕਿਉਰਟੀ, ਬਸਤੀ ਬਾਬਾ ਖੇਲ ਸਾਡਾ ਦਫ਼ਤਰ ਆ ਤੇ ਅਸੀਂ ਫਤਿਹ ਸਿਕਿਉਰਟੀ ਮਤਲਬ ਮੈਂ ਉੱਥੇ ਸਿਕਿਉਰਟੀ ਤੌਰ ਤੇ ਆ, ਦੁਕਾਨ ਦੀ ਰਾਖੀ ਮੰਗਾ। ਨਹੀਂ ਸਰ, ਮੇਰੇ ਨਾਲ ਹੋਈ ਆ ਤੇ ਢਾਬੇ ਵਾਲੇ ਮੁੰਡੇ ਨਾਲ ਹੋਈ ਆ, ਉਹਨੂੰ ਵੀ ਚਪੇੜਾ ਮਾਰਿਆ, ਮੈਨੂੰ ਵੀ ਮਾਰਿਆ ਤਾਂ ਫੋਨ ਦੋਨਾਂ ਦੇ ਸਾਡੇ ਖੋ ਕੇ ਲੈ ਗਏ। ਨਹੀਂ ਸਰ, ਕੁਛ ਨਹੀਂ ਕਾਰਨ ਆ, ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਤੇ ਦੁਕਾਨਦਾਰ ਨੂੰ, ਮੁੰਡੇ ਨੂੰ, ਢਾਬੇ ਵਾਲੇ ਨੂੰ ਸਾਨੂੰ ਢਾਬੇ 'ਚ ਅੰਦਰ ਕਰਤਾ ਕਿ ਤੁਸੀਂ ਬਾਹਰ ਨਹੀਂ ਨਿਕਲਣਾ,
ਕਿ ਸਾਰੇ ਮਾਰਨ ਆ ਰਹੇ ਸੀ। ਇੱਕ ਵੀਰ ਸੀਗਾ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਮਤਲਬ ਸਾਨੂੰ ਸੇਫ ਕੀਤਾ ਕਿ ਤੂੰ ਅੰਦਰ ਚਲ ਜਾ, ਅੰਦਰ ਚਲ ਜਾ ਨਹੀਂ ਤੇ ਤੈਨੂੰ ਕੁੱਟਣਗੇ ਕੀ ਫਾਇਦਾ। ਤੇ ਸਰ ਪਤਾ ਨਹੀਂ ਇਸ ਬਾਰੇ ਸਾਨੂੰ ਕੁਛ ਨਹੀਂ ਪਤਾ, ਮੈਨੂੰ ਹਾਲ ਹੀ ਫਿਲਹਾਲ ਹੀ ਥੋੜੇ ਦਿਨ ਹੋਏ ਆ। ਦੁਕਾਨ ਦਾ ਸ਼ਟਰ ਲੌਕ ਹੈ ਸਰ, ਹਾਂਜੀ ਉਹ ਮਾਲਕ ਦੁਆਰਾ ਲੌਕ ਕਰਕੇ ਹੀ ਜਾਂਦੇ ਆ। ਮੇਰਾ ਕੰਮ ਸਿਰਫ ਬਾਹਰ ਬਹਿਣਾ, ਰਾਖੀ ਕਰਨ ਦਾ ਕੰਮ ਹੈ, ਹੋਰ ਕੁਛ ਨਹੀਂ ਹੈ। ਹਾਂਜੀ ਤੁਹਾਡਾ ਕੁਛ ਸਮਾਨ ਵੀ ਪਿਆ? ਮੇਰਾ ਕਿੱਟ ਪਿਆ ਸੀਗਾ, ਉਹ ਪਾਣੀ 'ਚ ਸਿੱਟਤਾ ਸੀ, ਉਹਨਾਂ ਨੇ ਫਿਰ ਆਪ ਹੀ ਚੱਕ ਕੇ ਮੈਨੂੰ ਦੇ ਦਿੱਤਾ ਕਿ ਤੇਰਾ ਕਿੱਟ ਤੋਂ ਤੂੰ ਲੈ ਜਾ। ਮਾਰਨਾ ਨਹੀਂ ਇਹਨੂੰ, ਤੇ ਫਿਰ ਵੀ ਉਹਨਾਂ ਨੇ ਸਰ ਮਡੀਰ ਸੀਗੀ ਤਾਂ ਉਹਨਾਂ ਨੇ ਮਾਰ ਦਿੱਤਾ, ਮੈਂ ਸਿਰ 'ਚ ਮਾਰਿਆ ਤੇ ਇੱਕ ਨੇ ਬਾਂਹ 'ਚ ਦਾਤ ਮਾਰੀ ਹੈ। ਤੇ ਉੱਥੇ ਆਨ ਦਾ ਸਪੋਟ ਇੱਕ ਰਿਸ਼ਕੇ ਵਾਲੇ ਸਰਦਾਰ ਸਾਹਿਬ ਵੀ ਬੈਠੇ, ਉਹਨਾਂ ਦੇ ਸਾਹਮਣੇ ਸਾਰਾ ਕੁਛ ਹੋਇਆ। ਹੋਰ ਕੈਮਰੇ ਲੱਗੇ ਹੋਏ ਸਰ? ਸਮਾਨ ਵਗੈਰਾ ਨਹੀਂ ਸਰ, ਮੇਰਾ ਫੋਨ ਲੈ ਗਏ ਖੋ ਕੇ, ਮੇਰਾ ਫੋਨ ਲੈ ਗਿਆ, ਢਾਬੇ ਵਾਲੇ ਦਾ ਫੋਨ ਲੈ ਗਿਆ ਸਰ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪ੍ਰਵੀਨ ਸ਼ਰਮਾ ਸਰ। ਉੱਧਰ ਜਦੋਂ ਬੱਸ ਅੱਡੇ ਤੇ ਸਥਿਤ ਪੁਲਿਸ ਚੌਂਕੀ ਤੇ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮ ਜੋਗਾ ਸਿੰਘ ਹੋਰਾਂ ਨਾਲ ਇਸ ਦੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਇਲਾਵਾ ਚੌਂਕੀ ਦੇ ਵਿੱਚ ਹੋਰ ਕੋਈ ਮੁਲਾਜ਼ਮ ਜਾਂ ਥਾਣੇਦਾਰ ਮੌਜੂਦ ਨਹੀਂ ਹੈ। ਤੁਸੀਂ ਮੁਨਸ਼ੀ ਹੋ, ਤੁਸੀਂ ਤੁਸੀਂ ਕਹਿ ਸਕਦੇ ਹੋ, ਸੀਨੀਅਰ ਅਫਸਰਾਂ ਨੂੰ ਦੱਸ ਹੀ ਦੱਸ ਸਕਦੇ ਹੋ। ਸਰ ਇਸ ਸਮੇਂ ਜਿਹੜੀ ਚੌਂਕੀ ਦੇ ਅੰਦਰ ਕਿੰਨੇ ਕੁ ਮੁਲਾਜ਼ਮ ਹੈ? ਪੂਰੀ ਚੌਂਕੀ ਦੇ ਅੰਦਰ ਤੁਸੀਂ ਇਕੱਲੇ ਹੋ? ਅੱਛਾ, ਮਤਲਬ ਤੁਸੀਂ ਇਕੱਲੇ ਇਸ ਟਾਈਮ ਹੈਗੇ ਆ। ਸਰ ਕਿੰਨੇ ਮਤਲਬ ਨਫਰੀ ਕਿੰਨੀ ਹੈ ਜੀ ਇੱਥੇ ਦੀ? ਰੋਟੀ ਖਾਣੇ ਢਾਬੇ ਦੇ, ਠੀਕ ਹੈ ਜੀ, ਹਮਲਾ ਸਾਡੀ ਦੁਕਾਨ ਤੇ ਹੋਇਆ ਜੀ, ਕੁੱਟੇ ਆ ਇਹਨਾਂ ਨੇ ਤਕਰੀਬਨ ਕਿੰਨੇ ਮਿੰਟ ਪਹਿਲਾਂ ਹੋਇਆ? ਅੱਧਾ ਪੌਣਾ ਘੰਟਾ ਹੋ ਗਿਆ, ਪੁਲਿਸ ਹਾਲੇ ਤੱਕ ਵੀ ਕੋਈ ਹਰਕਤ 'ਚ ਨਹੀਂ। ਬਾਹਰ ਖੜੇ ਪਏ ਤੁਹਾਨੂੰ ਸ਼ਿਕਾਇਤ ਦਰਜ ਕਰਾਉਣਗੇ, ਗੱਲ ਸੁਣ ਲਓ ਭਾਜੀ, ਤੁਹਾਨੂੰ ਸ਼ਿਕਾਇਤ ਦਰਜ ਹੋਏਗੀ, ਤੁਸੀਂ ਕਾਰਵਾਈ ਕਰੋਗੇ? ਤੁਸੀਂ ਕਾਰਵਾਈ ਕਰੋਗੇ? ਪੁਲਿਸ ਮੁਲਾਜ਼ਮ ਨੇ ਮੀਡੀਆ ਤੋਂ ਆਪਣਾ ਖਹਿੜਾ ਛਡਵਾਉਂਦੇ ਹੋਏ ਕਿਹਾ ਕਿ ਸ਼ਿਕਾਇਤ ਦਰਜ ਕਰਵਾ ਦਿਓ, ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਖੈਰ ਇੱਥੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਕਈ ਸਵਾਲ ਖੜੇ ਹੋ ਰਹੇ ਨੇ। ਪੁਲਿਸ ਦੇ ਨੱਕ ਹੇਠਾਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਪੁਲਿਸ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ ਇਹ ਕਿਵੇਂ ਹੋ ਸਕਦਾ ਹੈ, ਅਤੇ ਡਿਊਟੀ ਤੇ ਬਾਕੀ ਪੁਲਿਸ ਮੁਲਾਜ਼ਮ ਅਤੇ ਥਾਣਾ ਇੰਚਾਰਜ ਦਾ ਮੌਕੇ ਤੇ ਨਾ ਹੋਣਾ ਵੀ ਕਈ ਵੱਡੇ ਸਵਾਲ ਖੜੇ ਕਰ ਰਿਹਾ। ਅਜਿਹੇ 'ਚ ਦੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਬਦਮਾਸ਼ਾਂ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦੀ ਹੈ, ਜਾਂ ਫਿਰ ਇਸ ਮਾਮਲੇ ਨੂੰ ਗੋਲ ਮੋਲ ਕਰ ਦਿੱਤਾ ਜਾਵੇਗਾ। ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।